ਇੱਥੋਂ ਇਹ ਬਲੈਰੋ ਇੱਧਰੋਂ ਮੰਨ ਲਓ ਵੀ ਮੋਟਰਸਾਈਕਲ ਦੇ ਅੰਦਰ ਪਿਓ ਪੁੱਤ ਨੇ ਹਨ ਉਹ ਜਾ ਰਹੇ ਸੀ ਤੇ ਬਲੈਰੋ ਵਾਲੇ ਉੱਧਰੋਂ ਬੰਨੇ ਜਾਣੇ ਚੌੜ ਕਰਕੇ ਆ ਰਹੇ ਸੀ ਤੇ ਕੱਟ ਮਾਰਦੇ ਸੀ ਕੱਟ ਮਾਰਦੇ ਆ ਰਹੇ ਸੀ ਦੋਵੇਂ ਜਾਣੇ ਇਹ ਬਲੈਰੋ ਦੇ ਵਿੱਚ ਚਾਰ ਜਾਣੇ ਸੀ ਤੇ ਇਹ ਜਾਣੀ ਕਿ ਚੌੜ ਕਰਦੇ ਆਉਂਦੇ ਸੀ ਇੱਥੇ ਆ ਕੇ ਇਹਨਾਂ ਨੇ ਉਹਦੇ ਕਾਰ ਖੜੀ ਸੀ ਕਾਰ ਦੇ ਵਿੱਚ ਵੀ ਬੰਦਾ ਸੀ ਉਹ ਕੁਦਰਤੀ ਬਾਅਦ ਵਿੱਚੇ ਬੈਠਾ ਸੀ ਇਹਨਾਂ ਨੇ ਆ ਕੇ ਉੱਥੋਂ ਦੋਨੇ ਜਾਣੇ ਨੂੰ ਚੱਕ ਲਿਆ ਬਲੈਰੋ ਸਿੱਧੀ ਲਿਆ ਗਏ ਟਾਇਰ ਵਿੱਚ ਵੱਜ ਕੇ ਫਟਿਆ ਮੇਰੇ ਸਾਹਮਣੇ ਭੜਾਕਾ ਪਿਆ ਉਹ ਮੋਟਰਸਾਈਕਲ ਦੇ ਵਿੱਚ ਜਿਹੜਾ ਟਾਇਰ ਵੱਜਿਆ ਨਾ ਉਹ ਤਾਂ ਫਟਿਆ ਉਦੋਂ ਬਾਅਦ ਬਲੈਰੋ ਉੱਥੇ ਨਹੀਂ ਮੈਂ ਭੱਜ ਕੇ ਮੋਟਰਸਾਈਕਲ ਛੱਡ ਕੇ ਉਹਨਾਂ ਵੱਲ ਨੂੰ ਗਿਆ ਵਾ ਉਹਦਾ ਜੇ ਟਾਇਰ ਮੰਨ ਲਾ ਨਾ ਫਟਿਆ ਹੁੰਦਾ ਉਹ ਬੈਕ ਕਰਨ ਲੱਗਿਆ ਸੀ ਭਜਾਉਣ ਦੀ ਕਿੰਨੇ ਕੁ ਸੱਟਾਂ ਆਈਆਂ ਸੱਟਾਂ ਦੀ ਰੇ ਬਹੁਤ ਜ਼ਿਆਦਾ ਆ ਮੈਨੂੰ ਲੱਗਦਾ ਵੀ ਜਦ ਆਪਾਂ ਕਹਿੰਦੇ ਹਾਂ ਵੱਜ ਜਿਵੇਂ ਪਰ ਮੁਸ਼ਕਿਲ ਆ ਬਹੁਤ ਜ਼ਿਆਦਾ ਇੱਕ ਦਾ ਤਾਂ ਜ਼ਿਆਦਾ ਮੁਸ਼ਕਿਲ ਪਿਓ ਪੁੱਤ ਕਿਵੇਂ ਅਮਰਧਾਰੀ ਆ ਪਿਓ ਵੀ ਇਹ ਗੱਲ ਨਹੀਂ ਹੈ ਕਿ ਵੀ ਮਾਝਾ ਪੱਤੇ ਵਾਲੇ ਬੰਦੇ ਨੇ ਵਧੀਆ ਨੇ ਬੰਦੇ ਇਹ ਬਾਲੇ ਉਹਦੇ ਨੇ ਰਾਜਾ ਰਾਜਾ ਮੁੰਡੇ ਨੇ ਸਾਡੇ ਅੱਜ ਪਿੰਡ ਵਾਲਿਆਂ ਤੋਂ ਸਾਡੇ ਚਾਚਾ ਜੀ ਉਹ ਲੱਗਦੇ ਨੇ ਉਹ ਆਪਣੇ ਬੇਟੇ ਦੇ ਨਾਲ ਸਮਰਾਲੇ ਆਉਂਦੇ ਸੀਗੇ ਰਸਤੇ 'ਚ ਉਹਨਾਂ ਦਾ ਐਕਸੀਡੈਂਟ ਹੋ ਗਿਆ ਉਹਨਾਂ ਨੂੰ ਅਸੀਂ ਲੈ ਗਏ ਸੀਗੇ ਆਪਣੇ ਕਿੰਨੀ ਕੁ ਉਮਰ ਸੀਗੀ ਦੋਨਾਂ ਦੀ ਲੜਕੇ ਦੀ ਹੋਗੀ 25-26 ਸਾਲ 25 ਸਾਲ ਤੇ ਫਾਦਰ ਸਾਹਿਬ ਦੀ 50-52 ਸਾਲ ਸੀਗੀ ਜਿਹੜਾ ਲੜਕਾ ਸੀਗਾ ਵਿਆਹ ਹੋਇਆ ਸੀ ਨਹੀਂ ਅਨਮੈਰਿਡ ਤੇ ਕੰਡੀਸ਼ਨ ਕੀ ਹੈ ਫਾਦਰ ਸਾਹਿਬ ਦੇ ਤਾਂ ਉਹਨਾਂ ਦੀ ਡੈਥ ਹੋ ਚੁੱਕੀ ਆ ਉਹ ਵੀ ਇਹਨਾਂ ਦੇ ਸਟਾਫ ਦੀ ਵਜ੍ਹਾ ਕਰਕੇ ਇਹਨਾਂ ਦੇ ਜਿਹੜੇ ਐਂਬੂਲੈਂਸਾਂ ਕਰਕੇ 1 ਘੰਟਾ ਵੇਟ ਕੀਤੀ ਅਸੀਂ ਕੋਈ ਐਂਬੂਲੈਂਸ ਨਹੀਂ ਸਾਡੇ ਕੋਲ ਪਹੁੰਚੀ ਪੂਰੇ 1.5 ਘੰਟੇ ਬਾਅਦ ਪਹੁੰਚੀ ਆ ਉਹ ਵੀ ਮੱਛ ਵਾਲੇ ਤੋਂ ਆਈ ਹੈ ਇਹਨਾਂ ਦੀਆਂ ਆ ਖੜੀਆਂ ਨੇ ਐਂਬੂਲੈਂਸਾਂ ਉਹਨਾਂ ਦੇ ਸਾਨੂੰ ਕਹਿੰਦੇ ਕੋਈ ਸਾਡੇ ਕੋਲ ਇੱਥੇ ਐਂਬੂਲੈਂਸ ਨਹੀਂ ਹੈਗੀ ਤੇ ਉਹ 1.5 ਘੰਟੇ ਬਾਅਦ ਆ ਗਏ ਜਦ ਤੱਕ ਉਹਨਾਂ ਦੇ ਫਾਦਰ ਸਾਹਿਬ ਦੀ ਡੈਥ ਹੋ ਗਈ ਤੇ ਲੜਕਾ ਵੀ ਸੀਰੀਅਸ ਆ ਉਹਨੂੰ ਰੈਫਰ ਕਰਤਾ ਇੱਥੋਂ ਕੀ ਕਾਰਨ ਕੀ ਦੱਸਿਆ ਵੀ ਐਂਬੂਲੈਂਸ ਕਿਉਂ ਨਹੀਂ ਹੈਗੀ ਉਹ ਕਹਿੰਦੇ ਸਾਡੇ ਕੋਲ ਐਂਬੂਲੈਂਸ ਹੈ ਉਹ ਨਹੀਂ ਇਹ ਤਾਂ ਅਸੀਂ ਇੱਧਰ ਪਾਣੀ ਪੀਣ ਆਏ ਸਾਨੂੰ ਤਾਂ ਪਤਾ ਲੱਗੇ ਇੱਥੇ 3 ਐਂਬੂਲੈਂਸਾਂ ਖੜੀਆਂ ਨੇ ਇਹਨਾਂ ਦੀਆਂ ਲੇਟ ਹੋ ਚੁੱਕਿਆ 1.5 ਘੰਟਾ ਆਉਣ ਵਾਸਤੇ ਅਸੀਂ ਕਿਹਾ ਉਹਨੂੰ ਕੋਈ ਨਜ਼ਦੀਕੀ ਹਸਪਤਾਲ ਵਧੀਆ ਲੈ ਜਾਓ ਫੋਰਟਿਸ ਅਸੀਂ ਕਹਿ ਦਈਏ ਉਹ ਕਹਿੰਦੇ ਡਾਕਟਰ ਸਾਹਿਬ ਕਹਿੰਦੇ ਉਹਨੂੰ ਨਜ਼ਦੀਕੀ ਛੇਤੀ ਤੋਂ ਛੇਤੀ ਉਹਨੂੰ ਟ੍ਰੀਟਮੈਂਟ ਚਾਹੀਦਾ ਉਹਦੇ ਕਰਕੇ ਅਸੀਂ ਕਹਿ ਦਈਏ ਤੂੰ ਫੋਰਟਿਸ ਲੈ ਜਾ ਉਹ ਕਹਿੰਦੇ ਫੋਰਟਿਸ ਨਹੀਂ ਜਾ ਸਕਦਾ ਅਸੀਂ ਜਾ ਸਕਦੇ ਹਾਂ ਸਰਕਾਰੀ 'ਚ ਅਸੀਂ ਕਿਹਾ ਸਾਡਾ ਬੱਚਾ ਮਰ ਰਿਹਾ ਅਤੇ ਤੁਹਾਨੂੰ ਹੁਣ ਸਰਕਾਰੀ ਪਈ ਹੈ ਕਿ ਪ੍ਰਾਈਵੇਟ ਤੁਸੀਂ ਪੇਸ਼ੈਂਟ ਬਚਾਓ ਸਾਡਾ ਉਹਦੇ ਕਰਕੇ ਥੋੜ੍ਹੀ ਜਿਹੀ ਉਹਦੇ ਨਾਲ ਤਬਾਈ ਹੋਈ ਐਕਸੀਡੈਂਟ ਕਿੱਥੇ ਕੋਲ ਹੋਇਆ ਜੀ ਐਕਸੀਡੈਂਟ ਬਾਲਿਆਂ ਤੋਂ ਮੱਛੀਵਾੜਾ ਰੋਡ ਦੇ ਸਮਰਾਟ ਮੱਛੀਵਾੜਾ ਰੋਡ ਦੇ ਮਾਲਵਾ ਟਾਇਰ ਦੇ ਕੋਲ ਹੋਇਆ ਸੀ ਕਿਸ ਚੀਜ਼ ਨਾਲ ਹੋਇਆ ਐਕਸੀਡੈਂਟ ਪਿਕਅਪ ਦੇ ਨਾਲ ਹੋਇਆ ਕਿੱਥੋਂ ਆ ਕਿੱਥੇ ਰਹੇ ਸੀਗੇ ਜਾਣਾ ਕਿੱਥੇ ਸੀ ਪਿੰਡ ਤੋਂ ਦਵਾਈ ਲੈਣ ਸਮਰਾਲੇ ਸ਼ਹਿਰ ਆ ਰਹੇ ਸੀਗੇ ਪਿਕਅਪ ਵਾਲਾ ਫੜ ਲਿਆ ਜੀ ਪਿਕਅਪ ਵਾਲਾ ਹਾਂਜੀ ਕਸਟਡੀ 'ਚ ਪੁਲਿਸ ਵਾਲਿਆਂ ਦੇ ਉਹਨਾਂ ਦਾ ਮੁਲਾਜ਼ਾ ਕਰਾ ਰਹੇ ਨੇ ਉਸ ਤੋਂ ਬਾਅਦ ਰਮਨੀ ਸਿੰਘ ਜੀ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਮੱਛਵਾੜੇ ਨੂੰ ਜਾ ਰਹੇ ਸੀ ਜੀ ਟਾਇਰ ਪੜ ਗਿਆ ਗੱਡੀ ਦਾ ਬਾਈਕ ਕੋ ਲੱਗਦਾ ਬਸ ਪਤਾ ਨਹੀਂ ਲੱਗਿਆ ਜੀ ਇਹ ਕਿੰਨੀਆਂ ਕੁ ਸੱਟਾਂ ਵੱਡੀ ਕੰਮ ਗਈ ਆ ਬਸ ਆ ਚੋਣੀ ਤੇ ਜੀ ਮੇਰੇ ਬੰਦੇ ਦਾ ਹੀ ਪਤਾ ਨਹੀਂ ਗਾ ਜੀ ਕਿਹਦੇ ਵਿੱਚ ਲੱਗਿਆ ਮੋਟਰਸਾਈਕਲ ਤੇ ਲੱਗੇ ਮੋਟਰਸਾਈਕਲ 2 ਜਾਣੇ ਸੀ ਜੀ ਤੁਹਾਡੇ ਕਿੰਨੀਆਂ ਕੁ ਸੱਟਾਂ ਨੇ ਮੇਰੇ ਆ ਜੀ ਕੋਣੀ ਤੇ ਆ ਕੀ ਨਾਮ ਆ ਤੁਹਾਡੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੁਹਾਡੇ ਦਾਸ ਭਾਈ ਸੁਖਵਿੰਦਰ ਸਿੰਘ ਕੁਮਾਰਪੁਰਾ ਭਾਈ ਮਰਦਾਨਾ ਜੀ ਚੈਰੀਟੇਬਲ ਸੁਸਾਇਟੀ ਦਾ ਕਾਰਜਕਾਰੀ ਪ੍ਰਧਾਨ ਪੰਜਾਬ ਨੂੰ ਹੋਣ ਦੇ ਨਾਤੇ ਸਮਾਜ ਸੇਵੀ ਤੌਰ ਤੇ ਮੈਂ ਇੱਥੇ ਪਹੁੰਚਿਆ ਸੀਗਾ ਜਦੋਂ ਮੈਨੂੰ ਪਤਾ ਲੱਗਿਆ ਸਾਡੇ ਇਲਾਕੇ 'ਚ ਬਹੁਤ ਵੱਡਾ ਭਾਰੀ ਐਕਸੀਡੈਂਟ ਹੋਇਆ ਪਿਓ ਪੁੱਤਾਂ ਦਾ ਦੋਹਾਂ ਦਾ ਪਰ ਇਹ ਦੇਖ ਕੇ ਬੜਾ ਦੁੱਖ ਹੋਇਆ 108 ਐਂਬੂਲੈਂਸ ਨੂੰ ਪਹਿਲਾਂ ਫੋਨ ਕੀਤਾ ਤੇ ਉਹਨਾਂ ਨੇ 1.5 ਘੰਟਾ ਸਾਡੇ ਤੋਂ ਸਵਾਲ ਪੁੱਛੇ ਕਿਹਨੇ ਰੈਫਰ ਕੀਤਾ ਕੀ ਨਾਂ ਹੈ ਜੀ ਕੀ ਆ ਜੀ ਕੀ ਉਹ ਜੀ ਫਿਰ ਆਉਂਦਿਆਂ ਨੂੰ ਉਹਨਾਂ ਨੇ ਘੱਟੋ ਘੱਟ ਘੰਟਾ ਲਾਤਾ ਘੰਟਾ ਲਾਉਣ ਤੋਂ ਬਾਅਦ ਇੱਥੇ ਡਾਕਟਰ ਕਹਿੰਦਾ ਵੀ ਜ਼ਿਆਦਾ ਸੀਰੀਅਸ ਹੈ ਕੋਈ ਨਜ਼ਦੀਕੀ ਹਸਪਤਾਲ ਜਿਵੇਂ 40 ਜਾਂ 40 ਦੇ ਵਿੱਚ ਲੈ ਜਾਓ ਕਹਿੰਦਾ ਜੀ ਉੱਥੇ ਨਹੀਂ ਲੈ ਕੇ ਜਾਣਾ ਤੁਸੀਂ ਆਪਣਾ ਮਰੀਜ਼ ਲਾ ਲਓ
ਕਿ ਬੰਦਿਆਂ ਦੀ ਜਾਨ ਮਾਰਨ ਵਾਸਤੇ ਬੰਦਿਆਂ ਨੂੰ ਖਤਮ ਕਰਨ ਵਾਸਤੇ ਐਂਬੂਲੈਂਸ ਲਾਈਆਂ ਨੇ ਸਰਕਾਰਾਂ ਨੇ? ਉੱਥੇ ਨਾ ਲੈ ਕੇ ਜਾਣ ਦਾ ਕਾਰਨ ਕੀ ਸੀ? ਉਹ ਕਹਿੰਦਾ ਜੀ ਅਸੀਂ ਤਾਂ ਸਰਕਾਰੀ ਚ ਲੈ ਕੇ ਜਾਵਾਂਗੇ ਜੀ, ਜਿਵੇਂ PGI ਸਰਕਾਰੀ ਐਂਬੂਲੈਂਸ ਹੈ, ਫਿਰ ਬੰਦੇ ਦੀ ਜਾਨ ਤਾਂ ਕੋਈ ਮਤਲਬ ਨੀ ਗਾ। ਨਹੀਂ ਪ੍ਰਾਈਵੇਟ ਕਿੱਥੋਂ ਲੈ ਕੇ ਆਈ ਅਸੀਂ? ਪ੍ਰਾਈਵੇਟ ਪ੍ਰਾਈਵੇਟ ਦੋਹਾਂ ਨੂੰ ਕੀਤਾ ਫੋਨ ਉਹ ਹੈ ਤੇ ਇੱਥੇ ਸਮਰਾਲੇ ਦੇ ਵਿੱਚ ਆਪਣੇ ਭਾਈ ਉੱਥੇ ਹਰਿੰਦਰ ਸਿੰਘ ਨਾਵਾ ਸੀਗੇ ਤੇ ਜਿਹੜੇ MP ਸੀਗੇ ਮੌਜੂਦ ਆਮ ਆਦਮੀ ਪਾਰਟੀ ਵੱਲੋਂ, ਉਹਨਾਂ ਨੇ ਇੱਥੇ ਦਿੱਤੀ ਹੋਈ ਹੈ ਕਿ ਐਂਬੂਲੈਂਸ ਉਹ ਸਿਰਫ ਸਮਾਨ ਢੋਣ ਵਾਸਤੇ ਹੀ ਆ, ਉਹਦੇ ਲਈ ਡਰਾਈਵਰ ਹੈ ਨੀਗਾ। ਤੇ ਜੇ ਬੰਦਿਆਂ ਦੀ ਜਾਨ ਬਚਾਉਣ ਵਾਸਤੇ ਨੀ ਅਸੀਂ ਇਹ ਉਪਰਾਲੇ ਕਰ ਸਕਦੇ, ਲਾਣਤ ਇਹੋ ਜਿਹੇ ਸਰਕਾਰਾਂ ਦੇ, ਲਾਣਤ ਇਹੋ ਜਿਹੇ ਪ੍ਰਸ਼ਾਸਨ ਦੇ ਯਾਰ। ਬਾਬਾ ਜੀ ਜਿਹਨਾਂ ਦਾ ਐਕਸੀਡੈਂਟ ਹੋਇਆ ਕੌਣ ਨੇ, ਕਿੱਥੇ ਦੇ ਰਹਿਣੇ ਵਾਲੇ? ਵੀਰੇ ਸਾਡੇ ਹੀ ਭਰਾ ਨੇ, ਬਾਲਿਓ ਦੇ ਨੇ ਭਰਾ ਨੇ, ਗੁਰਸਿੱਖ ਭਰਾ ਨੇ। ਇੱਕ ਪਾਸੇ ਉਹ ਐਕਸੀਡੈਂਟ ਇੱਧਰੋਂ ਜਾ ਆ ਰਹੇ ਸੀਗੇ, ਉਹ ਦਵਾਈ ਦਵਾਉਣ ਵਾਸਤੇ ਵੀਰ ਨੂੰ ਸਾਡੇ ਨੂੰ, ਉਹਦਾ BP ਘਟਿਆ ਹੋਇਆ ਸੀ, ਤੇ ਦੂਏ ਪਾਸੇ ਇੱਧਰੋਂ ਜਾ ਕੇ ਬਲੈਰੋ ਵਾਲਿਆਂ ਨੇ ਚੱਕਿਆ। ਪਿਓ ਪੁੱਤ ਸੀ ਤੁਹਾਨੂੰ? ਪਿਓ ਪੁੱਤ ਸੀਗੇ। ਕਿੰਨੀ ਕੁ ਉਮਰ ਸੀਗੀ? ਪਿਓ ਦੀ ਡੈਥ ਹੋ ਚੁੱਕੀ ਆ ਤੇ ਬੇਟਾ ਜ਼ਿਆਦਾ ਸੀਰੀਅਸ ਹੈ। ਇਸ ਕਰਕੇ ਸਾਡੀ ਬੇਨਤੀ ਹੈ ਯਾਰ, ਇਸ ਤਰ੍ਹਾਂ ਮਾਰੋ ਨਾ ਲੋਕਾਂ ਨੂੰ, ਪੰਜਾਬ ਵਾਸੀ ਹੋ, ਪੰਜਾਬ ਸਰਕਾਰ ਹੈ, ਮਾਰਨਾ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰੋ ਵੀ ਇਹ ਬਚਾਏ ਜਾਣ। ਐਂਬੂਲੈਂਸਾਂ ਬਣਾਈਆਂ ਕਦੇ ਵਾਸਤੇ ਨੇ, ਜੇ ਤੁਸੀਂ ਲੈ ਕੇ ਨਹੀਂ ਜਾਣਾ, ਲੈ ਕੇ ਤੁਰਨਾ ਨਹੀਂ ਕਿਸੇ ਨੂੰ। ਐਕਸੀਡੈਂਟ ਕਿਹਦੇ ਨਾਲ ਹੋਇਆ? ਐਕਸੀਡੈਂਟ ਬਲੈਰੋ ਨਾਲ ਹੋਇਆ ਜੀ। ਕਾਬੂ ਕਰ ਲਿਆ ਜੀ, ਲੱਗਦਾ ਉਹਦਾ ਨਸ਼ਾ ਖਾਧਾ ਹੋਇਆ। ਹੋਇਆ ਵੀਰੇ ਬਾਲਿਓ ਕੋਲੇ ਹੋਇਆ, ਬਾਲਿਓ ਦੇ ਉਰਲੇ ਪਾਸੇ। ਹਾਂ, ਇੱਕ ਐਕਸੀਡੈਂਟ ਹੋਇਆ ਵਾ, ਕੀ ਮਾਮਲਾ ਪੂਰਾ? ਸਰ ਇਹਨਾਂ ਦੇ ਕਹਿਣ ਦੇ ਮੁਤਾਬਕ ਸਮਰਾਲੇ ਤੋਂ ਆ ਰਹੀ ਸੀ ਗੱਡੀ, ਹਾਂਜੀ, ਐਕਸੀਡੈਂਟ ਕੇਸ ਹੈ, ਦੋ ਪੇਸ਼ੈਂਟ ਲੈ ਕੇ ਆਏ ਆ। ਇੱਕ ਪੇਸ਼ੈਂਟ ਦਾ ਨਾਂ ਹੈ ਸੁਖਰਾਜ ਸਿੰਘ, ਸਾਨੂੰ ਦਲਜੀਤ ਸਿੰਘ, ਬਾਲਿਓ ਪਿੰਡ ਤੋਂ ਆਏ ਆ, ਇਹ 25 ਸਾਲ ਉਮਰ ਆ। ਅਤੇ ਇਹਦੇ 'ਚ ਇਹ ਐਕਸੀਡੈਂਟ ਕੇਸ ਸੀਗਾ, ਇਹ ਬਲੈਰੋ ਗੱਡੀ ਨਾਲ ਕਹਿ ਰਹੇ ਸੀ ਵੀ ਹੋਇਆ ਰੋਡ ਦੇ ਉੱਪਰ, ਮਾਲਵਾ ਟਾਇਰ ਸ਼ੋਰੂਮ ਦੇ ਕੋਲ। ਕੀ ਕੰਡੀਸ਼ਨ ਆ? ਇੱਕ ਪੇਸ਼ੈਂਟ ਤਾਂ ਬਰੋਡ ਡੈਡੀ ਆਇਆ ਸੀ ਜੀ, ਜਿਹੜਾ ਗੈਸਪਿੰਗ ਸਟੇਟ ਦੇ ਵਿੱਚ ਸੀਗਾ, ਸਾਹ ਐਂਡ ਵਰਕੁਲਮ ਨੂੰ ਪ੍ਰੋਬਲਮ ਸੀਗੀ। ਅਤੇ ਜਿਹੜਾ ਦੂਸਰਾ ਪੇਸ਼ੈਂਟ ਆ ਸੁਖਰਾਜ ਸਿੰਘ, ਇਹਨੂੰ ਅਸੀਂ ਰੈਫਰ ਕਰਤਾ ਵਾ ਫਾਇਰ ਸੈਂਟਰ ਫੋਰ ਫਰਦਰ ਟ੍ਰੀਟਮੈਂਟ। ਇਹਦੇ ਵੀ ਇੰਜਰੀ ਸੀਗੀਆਂ, ਫ੍ਰੈਕਚਰ ਵਗੈਰਾ ਕਾਫੀ ਸੀ, ਚੈਸਟ ਇੰਜਰੀ ਸੀ। ਗੱਡੀ ਦਾ ਡਰਾਈਵਰ ਦਾ ਮੈਡੀਕਲ ਹੁਣ ਕਰਾ ਕੇ ਲੈ ਕੇ ਗਏ ਆ, ਉਹਦੇ ਮਾਈਨਰ ਇੰਜਰੀ ਸੀਗੀਆਂ, ਅਬਰੇਜਨ ਵਗੈਰਾ, ਅਤੇ ਉਹਦਾ ਹੁਣ ਡੋਪ ਟੈਸਟ ਐਡਵਾਈਸ ਕੀਤਾ, ਬਲਾਕੀ ਉਹਦਾ ਜਨਰਲ ਮੈਡੀਕਲ 'ਤੇ ਇਨਵੈਸਟੀਗੇਸ਼ਨ ਕਰ ਲਈ। ਜਿਹੜਾ ਸੁਖਰਾਜ ਸਿੰਘ ਸੀਗਾ, ਇਹਦੀ ਏਜ 25 ਸਾਲ ਦਾ ਵਾ, ਅਤੇ ਬਲਜੀਤ ਸਿੰਘ ਜਿਹੜਾ ਐਕਸਪਾਇਰ ਹੋਇਆ, ਇਹਨਾਂ ਦੀ ਹੈਗੀ 55 ਸਾਲ ਦੇ ਲਗਭਗ।